ਪਿੰਡੂ ਲੈਕਟਿਵਾਂ ਚੈਨਲ 'ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰੇ ਕਿਵੇਂ? ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਣਗੇ, ਅਸੀਂ ਵੀ ਠੀਕ ਹਾਂ। ਚਲੋ ਜੀ, ਹੋ ਗਈਆਂ ਤਿਆਰੀਆਂ ਨਵੇਂ ਕਮਰੇ ਦੀਆਂ। ਨਵੇਂ ਕਮਰਾ ਆਪਣਾ ਕਰ ਦਿੱਤਾ ਸ਼ੁਰੂ, ਅਤੇ ਪਾਪਾ ਜੀ ਲੱਗੇ ਨੇ ਕਮਰਾ ਪਾਉਣ, ਅਤੇ ਸਰਦਾਰ ਜੀ ਇੱਧਰ ਲੈ ਕੇ ਆਉਂਦੇ ਨੇ ਰੇਤਾ, ਅਤੇ ਪਾਪਾ ਜੀ ਕਹਿੰਦੇ ਵੀ ਚਲੋ ਹੁਣ ਟਾਈਮ ਹੈਗਾ ਵੀ ਆਪਾਂ ਕਮਰਾ ਇਹ ਤਿਆਰ ਕਰ ਦਿੰਦੇ ਹਾਂ ਤੁਹਾਡਾ। ਇਹ ਕਮਰਾ ਮੈਂ ਆਪਣਾ ਸਪੈਸ਼ਲ ਕੱਪੜਿਆਂ ਲਈ ਕਰਿਆ, ਇਹ ਕੱਪੜੇ ਮੈਂ ਕਿਹਾ ਚੱਲ ਕੱਪੜੇ ਵਗੈਰਾ ਰੱਖ ਲੂੰ ਇੱਕ ਸੇਲ ਕਰਨ ਵਾਲੇ, ਅਤੇ ਬਾਕੀ ਸਿਲਾਈ ਮਸ਼ੀਨ ਰੱਖ ਲੂੰ ਇਹਦੇ ਵਿੱਚ ਕਮਰੇ 'ਚ। ਅਤੇ ਛੋਟਾ ਜਿਹਾ ਹੀ ਰੂਮ ਬਣਾਇਆ ਇਹ, ਅਤੇ ਬਹੁਤ ਮਤਲਬ ਕਿ ਜ਼ਿਆਦਾ ਵੱਡਾ ਨਹੀਂ ਬਣਾਇਆ ਹੈਗਾ। ਮੈਂ ਕਿਹਾ ਚੱਲ ਜਦੋਂ ਆਪਾਂ ਬਾਹਰੇ ਘਰ ਪਾਵਾਂਗੇ ਵਰਦੀ ਦੇ ਵਿੱਚ, ਉਹ ਰੂਮ ਲੈ ਦਾਂ ਇੱਕ ਵਧੀਆ ਜਿਹਾ ਰੂਮ ਤਿਆਰ ਕਰ ਲਵਾਂਗੇ ਕੱਪੜਿਆਂ ਵਾਸਤੇ, ਅਤੇ ਬਾਕੀ ਸਿਲਾਈ ਦਾ ਕੰਮ। ਅਤੇ ਇੱਧਰ ਸਿਮਨ ਦੀ ਵੀਡੀਓ ਲੱਗ ਗਿਆ ਬਣਾਉਣ, ਸਿਮੂ ਕਹਿੰਦਾ ਤੇਰੇ ਮੁੱਕੀਆਂ ਪੈਣਗੀਆਂ, ਕਹਿੰਦਾ ਹੁਣ ਕਹਿੰਦਾ ਜੇ ਮੇਰੀ ਵੀਡੀਓ ਬਣਾਈ। ਸਿਮੂ ਕਹਿੰਦਾ ਮੈਨੂੰ ਵੀਡੀਓ ਦੇ ਵਿੱਚ ਨਾ ਲਿਆ ਕਰੋ, ਅਤੇ ਚਾਹ ਮੈਂ ਪੀਂਦੀ ਸੀ ਜੱਗ ਦੇ ਵਿੱਚ, ਅਤੇ ਐਵੇਂ ਨਹੀਂ ਹੈਗਾ ਜੱਗ 'ਚ ਮਤਲਬ ਕਿ ਥੋੜ੍ਹੀ ਜਿਹੀ ਚਾਹ ਸੀ, ਮੈਂ ਕਿਹਾ ਚੱਲ ਜੱਗ 'ਚ ਪੀ ਲੈਂਦੀ। ਇੱਧਰੋਂ ਸਰਦਾਰ ਜੀ ਰੇਤਾ ਲਿਆਉਣ ਲੱਗੇ ਪਏ ਸੀ, ਕਿਉਂਕਿ ਰੇਤਾ ਥੋੜ੍ਹਾ ਜਿਹਾ ਘੱਟ ਸੀ। ਅਤੇ ਬਾਕੀ ਚਾਦਰਾਂ ਵਗੈਰਾ ਆਪਣੀਆਂ ਆ ਗਈਆਂ ਸੀ, ਰੂਮ ਆਪਣਾ ਪੂਰਾ ਤਿਆਰ ਹੋ ਗਿਆ, ਮਤਲਬ ਕਿ ਕੰਧਾਂ ਹੀ ਤਾਂ ਨਿਕਲ ਗਈ, ਸਿਰਫ ਚਾਦਰਾਂ ਪਾਉਣੀਆਂ ਰਹਿ ਗਈਆਂ ਸੀ। ਉੱਤੇ ਪਾਪਾ ਜੀ ਕਹਿੰਦੇ ਚਾਦਰਾਂ ਪਾ ਕੇ ਫਿਰ ਇਸ ਤੋਂ ਬਾਅਦ ਕਰਾਂਗੇ ਆਪਾਂ ਪਲਸਤਰ, ਅਤੇ ਪਲਸਤਰ ਕਰਕੇ ਫਿਰ ਲੱਗੂਗਾ ਜੀ ਫਰਸ਼। ਫਰਸ਼ ਲੱਗ ਕੇ ਫਿਰ ਮਾੜਾ ਮੋਟਾ ਜਿਹੜਾ ਲੱਕੜੀ ਦਾ ਕੰਮ ਹੋਊਗਾ ਉਹ ਕਰ ਦੇਣਗੇ ਸਰਦਾਰ ਜੀ। ਚਲੋ ਜੀ, ਹੁਣ ਚਾਦਰਾਂ ਪਾਉਣ ਵਾਸਤੇ ਸਰਦਾਰ ਜੀ ਇੱਧਰ ਲੱਗੇ ਪਏ ਨੇ ਸੁਰਾਖ ਕੱਢਣ ਕੰਧ ਦੇ ਵਿੱਚ, ਕਿਉਂਕਿ ਪੈਪ ਪਾਉਣਗੇ ਇੱਧਰ ਫਿੱਟ ਕਰਨਗੇ। ਕਰਨਗੇ ਸੁਣ ਥੋੜੀ ਕਰਨ ਉਹਨਾਂ ਨੇ ਕਰਨਾ ਚਿੱਟਾ ਰੰਗ ਕਰਾਉਂਗੇ ਜਾਂ ਕਰੀਮ ਦੇਲੀ ਜੀ ਬਣਾਉਂਗੇ ਅੰਦਰ ਕੱਪੜੇ ਧਰਨ ਵਾਸਤੇ ਦੇਲੀ ਜੀ ਦੇਲੀ ਜੀ ਅੱਛਾ ਪਿੱਛੇ ਔਖਾ ਹੋਇਆ ਤੁਸੀਂ ਮੂਹਰੇ ਡਾਂਸ ਕਰੀ ਜਾਂਦੇ ਸਿੱਟਣਾ ਦੀ ਡੈਡੀ ਤੈਨੂੰ ਸਿੱਟ ਦੂਗਾ
राज करेगा और प्रजा चेंज करेगा और खिड़कियां खड़केगा, राजा खड़क सिंह खड़केगा। खड़क सिंह के खड़कने से खड़कती है खिड़कियां और खिड़कियों से खड़कने से खड़कते राजा खड़क सिंह। आज चुका है राजा खड़क सिंह। आज खबरदार ਲੋ ਜੀ, ਸ਼ਾਮ ਹੋ ਚੁੱਕੀ ਸੀ। ਕੰਧਾਂ ਵਗੈਰੀਆਂ ਸਾਰੀਆਂ ਨਿਕਲ ਗਈਆਂ ਸੀ, ਚਾਦਰਾਂ ਪੈ ਗਈਆਂ ਸੀ ਅਤੇ ਪਾਪਾ ਜੀ ਲੱਗ ਗਏ ਸੀ ਪਲਾਸਟਰ ਕਰਨ। ਬਸ ਬਾਹਰਲੀਆਂ ਕੰਧਾਂ ਰਹਿ ਗਏ ਸੀ, ਅੰਦਰੋਂ ਤਾਂ ਪਲਾਸਟਰ ਹੋ ਗਿਆ ਸੀ। ਅਤੇ ਸਰਦਾਰ ਜੀ ਚਾਨਣ ਕਰਦੇ ਸੀ ਪਾਪਾ ਜੀ ਨੂੰ, ਇਹ ਵੀ ਮਤਲਬ ਕਿ ਇੱਥੇ ਬੱਲਬ ਵਗੈਰਾ ਲਾਈਟ ਵਗੈਰਾ ਕੁਛ ਨਹੀਂ ਲੱਗਿਆ। ਫਿਰ ਸਰਦਾਰ ਜੀ ਨੇ ਮਤਲਬ ਕਿ ਇੱਕ ਬੱਲਬ ਜਿਹਾ ਤਿਆਰ ਕੀਤਾ ਲਾਈਟ ਵਗੈਰਾ, ਅਤੇ ਉਹਨਾਂ ਚਾਨਣ ਕਰਦੇ ਸੀ ਅਤੇ ਪਾਪਾ ਜੀ ਲੱਗੇ ਪਏ ਸੀ ਪਲਾਸਟਰ ਕਰਨ। ਸਰਦਾਰ ਜੀ ਮੈਨੂੰ ਕਹਿੰਦੇ ਕਹਿੰਦੇ ਤੇਰਾ ਅੱਜ ਰੂਮ ਤਿਆਰ ਕਰਤਾ, ਕਹਿੰਦੇ ਚੱਲ ਤੈਨੂੰ ਤਾਂ ਕਰ ਦਿੱਤਾ ਅੱਡ, ਕਹਿੰਦੇ ਆਪਦਾ ਇੱਥੇ ਖਾਈ ਪਕਾਈ, ਕਹਿੰਦੇ ਸਾਨੂੰ ਕੋਈ ਚੱਕਰ ਨਹੀਂ। ਅਤੇ ਸਰਦਾਰ ਜੀ ਨੇ ਮੈਨੂੰ ਇੱਦਾਂ ਲੱਗ ਗਏ ਸੀ ਕਰਨ। ਦੇਖੋ ਪਹਿਲਾਂ ਤਾਂ ਸਰਦਾਰ ਜੀ ਦੁਕਾਨ 'ਤੇ ਕੰਮ ਕਰਕੇ ਆਉਂਦੇ ਨੇ, ਫਿਰ ਆ ਕੇ ਮੇਰੇ ਨਾਲ ਸਾਰੀ ਇੱਥੋਂ ਚੱਕ ਧਾਰ ਕਰਵਾਈ, ਸਾਰਾ ਕੁਛ ਮਤਲਬ ਕਿ ਸਾਫ਼ ਸਫਾਈ ਆ ਸਾਰਾ ਕਰਵਾ ਕੇ, ਫਿਰ ਨਹਾ ਨਹੁ ਕੇ ਫਿਰ ਰੋਟੀ ਖਾ ਕੇ ਫਿਰ ਵਿਚਾਰੇ ਪੈਂਦੇ ਸੀ। ਇੰਨੇ ਮਤਲਬ ਕਿ ਚੱਕ ਧਾਰ ਬਹੁਤ ਜ਼ਿਆਦਾ ਹੋ ਜਾਂਦੇ, ਇਕੱਲੀ ਦੇ ਮੇਰੇ ਵੱਸ ਨਹੀਂ ਹੈਗਾ। ਅਤੇ ਇੰਨੀ ਕੁ ਕੰਧ ਰਹਿ ਗਈ ਸੀ ਪਲਸਤਰ ਕਰਨ ਵਾਲੀ, ਇੱਧਰ ਤਾਂ ਸਾਰੀ ਹੋ ਗਈ ਸੀ। ਪਾਪਾ ਜੀ ਕਹਿੰਦੇ ਚੱਲ ਮੈਂ ਸੁਬਾਹ ਕਰ ਦੂੰਗਾ ਪਲਸਤਰ, ਅਤੇ ਤਾਂ ਕਰਕੇ ਫਿਰ ਟਾਈਮ ਜ਼ਿਆਦਾ ਲੱਗ ਗਿਆ ਸੀ। ਅਤੇ 9-10 ਵੱਜੀ ਗਏ ਸੀ ਰਾਤ ਦੇ, ਹਾਲੇ ਮੈਂ ਰੋਟੀ ਬਣਾਉਣੀ ਸੀ। ਮੈਂ ਕਿਹਾ ਚੱਲ ਪਹਿਲਾਂ ਚੱਕਧਾਰੀ ਕਰਕੇ ਫਿਰ ਰੋਟੀ ਬਣਾਵਾਂਗੇ। ਹਾਲੇ ਮੇਰੇ ਭਾਂਡੇ ਵਗੈਰਾ ਮੈਨੇ ਕੁਛ ਕੁ ਮਾਸਤੇ ਅਤੇ ਕੁਛ ਕੁ ਰਹਿ ਗਏ ਸੀ। ਇੱਧਰ ਮਨਿੰਦਰ ਲੱਗਿਆ ਪਿਆ ਫੋਨ 'ਤੇ ਗੇਮ ਖੇਡਣ, ਅੰਦਰੋਂ ਮੇਰਾ ਸਾਰਾ ਸਾਫ਼ ਸਫਾਈ ਦਾ ਹੋ ਗਿਆ ਸੀ। ਪੋਚਾ ਵਗੈਰਾ ਮੈਂ ਲਾ ਤਾ ਸੀ, ਮੈਂ ਕਿਹਾ ਚਲੋ ਗੱਦਾ ਵਿਛਾਵਾਂਗੇ ਨੀਚੇ, ਫਿਰ ਰੇਤਾ ਵਗੈਰਾ ਨਾ ਲੱਗੇ ਗੱਦੇ ਨੂੰ। ਅਤੇ ਲਓ ਜੀ, ਇਸ ਤੋਂ ਬਾਅਦ ਫਿਰ ਚੱਕ ਧਾਰ ਲੱਗ ਗਈ ਸੀ ਕਰਨ। ਮੈਂ ਸਰਦਾਰ ਜੀ ਨਾਲ ਕਰਵਾਉਂਦੇ ਸੀ ਮੇਰੇ, ਮੈਂ ਫੱਟੀ ਹਾਂ। ਮੈਂ ਕਿਹਾ ਚੱਲ ਕਾਰਖਾਨੇ ਰੱਖਿਆ ਨਹੀਂ। ਸਰਦਾਰ ਜੀ ਨੇ ਸਾਰਾ ਤਾਂ ਵਿਚਾਰੇ ਨੇ ਵਿਹੜਾ ਧੋਤਾ, ਮੇਰੇ ਨਾਲ ਧਵਾਇਆ, ਨਾਲੇ ਚੱਕ ਧਾਰ ਕਰੀ, ਹੈ ਨਾ। ਸਰਦਾਰ ਜੀ ਬਿਨਾਂ ਤਾਂ ਮੇਰਾ ਕੁਛ ਨਹੀਂ ਬਣਨਾ ਹੈਗਾ। ਅਤੇ ਬਾਕੀ ਹੌਲੀ ਹੌਲੀ ਇੱਦਾਂ ਹੀ ਸਾਰਾ ਆਪਣਾ ਰੂਮ ਤਿਆਰ ਹੋ ਜੂਗਾ। ਫਿਰ ਜੋ ਲੱਕੜ ਦਾ ਕੰਮ ਹੋਊਗਾ ਕਰਨ ਵਾਲਾ ਉਹ ਵੀ ਕਰਵਾ ਲਾਂਗੇ। ਅਤੇ ਲਓ ਜੀ, ਇਹ ਹੈਗਾ ਜੀ ਅਗਲੀ ਸੁਬਾਹ ਦਾ ਟਾਈਮ। ਅਤੇ ਪਾਪਾ ਜੀ ਹੁਣ ਲੱਗੇ ਪਏ ਸੀ ਇੱਥੇ ਪਲਸਤਰ ਕਰਨ, ਜਿਹੜਾ ਰਹਿ ਗਿਆ ਸੀ ਰਾਤ ਦਾ ਕੰਮ। ਦੇਖੋ ਸਾਰੀ ਜੋ ਤੱਕ ਤਾਂ ਰਾਤ ਸਾਰੀ ਕਰਵਾ ਕੇ ਪਏ ਨੇ ਸਰਦਾਰ ਜੀ। ਅਤੇ ਇੰਨੀ ਮਿਹਨਤ ਕਰਦੇ ਨੇ ਸਰਦਾਰ ਜੀ, ਮੈਂ ਵੀ ਮਿਹਨਤ ਬਹੁਤ ਜ਼ਿਆਦਾ ਕਰਦੀ, ਸਰਦਾਰ ਜੀ ਬਹੁਤ ਜ਼ਿਆਦਾ ਕਰਦੇ ਨੇ, ਹੈ ਨਾ। ਮੈਂ ਵੀ ਵੀਡੀਓ ਬਣਾਉਣ 'ਚ ਬਹੁਤ ਜ਼ਿਆਦਾ ਮਿਹਨਤ ਕਰਦੀ ਹਾਂ, ਪਰ ਤੁਸੀਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ।